ਹੈਲੋ ਦੋਸਤੋ, ਉਸ ਵਕਤ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ ਤਾਂ ਬਾਈ ਜੀ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਦੀ ਕੁਝ ਅਪਡੇਟ। ਤਾਂ ਦੋਸਤੋ, ਅੱਜ ਸਭ ਤੋਂ ਪਹਿਲਾਂ ਕਬੱਡੀ ਦੇ ਮੈਚ ਹੋਣਗੇ ਪਿੰਡ ਚਾਂਦਮਾਰੀ, ਜ਼ਿਲ੍ਹਾ ਫਾਜ਼ਿਲਕਾ ਵਿਖੇ। ਇੱਥੇ ਅੱਜ 75 ਕਿਲੋ ਦੇ ਮੈਚ ਕਰਵਾਏ ਜਾਣਗੇ ਅਤੇ ਇੱਕ ਪਲੇਅਰ ਬਾਹਰੋਂ ਖੇਡ ਸਕਦਾ ਹੈ। 75 ਕਿਲੋ ਦੇ ਲਈ ਪਹਿਲਾ ਇਨਾਮ 81,100, ਦੂਜਾ ਇਨਾਮ 6,500 ਅਤੇ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਮਾੜੇ ਕਲਾਂ, ਜ਼ਿਲ੍ਹਾ ਫਿਰੋਜ਼ਪੁਰ ਵਿਖੇ। ਇੱਥੇ ਅੱਜ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ। ਦੋ ਪਲੇਅਰ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 21,000, ਦੂਜਾ ਇਨਾਮ 15,000 ਰੁਪਏ ਰੱਖਿਆ ਗਿਆ ਹੈ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਈਨਾ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ। ਇੱਥੇ ਅੱਜ 35 ਕਿਲੋ, 54 ਕਿਲੋ ਅਤੇ 70 ਕਿਲੋ ਦੇ ਮੈਚ ਕਰਵਾਏ ਜਾਣਗੇ। 54 ਅਤੇ 70 ਦੇ ਵਿੱਚ ਦੋ ਦੋ ਪਲੇਅਰ ਬਾਹਰੋਂ ਖੇਡ ਸਕਦੇ ਨੇ। 35 ਕਿਲੋ ਨੂੰ ਰੋਲ ਹੋਵੇਗੀ। 70 ਕਿਲੋ ਦੇ ਲਈ ਪਹਿਲਾ ਇਨਾਮ 11,000, ਦੂਜਾ ਇਨਾਮ 7,100। 54 ਕਿਲੋ ਦੇ ਲਈ ਪਹਿਲਾ ਇਨਾਮ 51,100, ਦੂਜਾ ਇਨਾਮ 41,100। ਉੱਥੇ ਹੀ 35 ਕਿਲੋ ਦੇ ਲਈ ਪਹਿਲਾ ਇਨਾਮ 3100 ਅਤੇ ਦੂਜਾ ਇਨਾਮ 2100 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਮੁਕੰਦਪੁਰ ਵਿਖੇ। ਇੱਥੇ ਅੱਜ 65 ਕਿਲੋ, 32 ਕਿਲੋ ਅਤੇ 55 ਕਿਲੋ ਦੇ ਲੀਗ ਮੈਚ ਕਰਵਾਏ ਜਾਣਗੇ। ਬਾਕੀ ਦੋਸਤੋ, ਹੋਰ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਨੀਚੇ ਦਿੱਤੇ ਫੋਨ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਤਾਂ ਇਹ ਸੀ ਬਾਈ ਜੀ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ। ਬਾਕੀ ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਤੋਂ ਇਲਾਵਾ ਬਾਈ ਜੀ, ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।